ਅੱਜ ਯੁਵਾ ਵਿਕਾਸ ਮੋਰਚਾ ਵੱਲੋਂ SP ਸਾਹਿਬ ਫਗਵਾੜਾ ਦਾ ਮੋਸਟ ਵੈਲਕਮ ਕੀਤਾ ਗਿਆ, ਜੀ ਆਇਆਂ ਨੂੰ ਕਿਹਾ ਗਿਆ ਔਰ ਸਾਰੇ ਹੀ ਵਰਕਰ ਯੁਵਾ ਵਿਕਾਸ ਮੋਰਚਾ ਦੇ SP ਸਾਹਿਬ ਦੇ ਸਵਾਗਤ ਲਈ ਸਾਰੇ ਇਕੱਠੇ ਹੋਏ ਔਰ SP ਸਾਹਿਬ ਨਾਲ ਅਸੀਂ ਜਿਹੜਾ ਸ਼ਹਿਰ ਫਗਵਾੜੇ ਦੀਆਂ ਮੁੱਖ ਜਿਹੜੀਆਂ ਇੱਥੇ ਦੀਆਂ ਆ ਰਹੀਆਂ ਪ੍ਰੋਬਲਮ ਉਹਦੇ ਵਾਸਤੇ ਡਿਸਕਸ ਕੀਤੀ ਗਈ, ਜਿਸ ਦੇ ਵਿੱਚ ਅਸੀਂ ਸਭ ਤੋਂ ਵੱਡੀ ਪ੍ਰੋਬਲਮ ਰੱਖੀ ਆ SP ਸਾਹਿਬ ਨੂੰ ਕਿ ਜੋ ਟ੍ਰੈਫਿਕ ਦੀ ਪ੍ਰੋਬਲਮ ਆ ਰਹੀ ਆ ਫਗਵਾੜੇ ਦੇ ਵਿੱਚ, ਮੇਨ ਬੱਸ ਅੱਡੇ ਦੇ ਕੋਲ ਜਿਹੜੇ ਬਾਹਰ ਵਾਹਨ ਲਾ ਦਿੰਦੇ ਆਪਣੇ ਛੋਟੀਆਂ ਗੱਡੀਆਂ, ਜਿਸ ਦੇ ਨਾਲ ਰਾਹਗੀਰਾਂ ਨੂੰ ਲੰਘਣ ਦਾ ਬੜੀ ਪ੍ਰੋਬਲਮ ਆ ਰਹੀ ਆ। ਔਰ ਇੱਕ ਸਭ ਤੋਂ ਵੱਡੀ ਗੱਲ ਕੀਤੀ SP ਸਾਹਿਬ ਨਾਲ ਕਿ ਜੋ ਫਗਵਾੜੇ ਦੇ ਵਿੱਚ ਵਾਧਾ ਕ੍ਰਾਈਮ ਆ ਉਹਨੂੰ ਨੱਥ ਪਾਉਣ ਦੇ ਲਈ ਆਏ ਦਿਨ ਜੋ ਅੱਜ ਕੱਲ੍ਹ ਚੱਲ ਰਹੇ ਆ, ਕੋਈ ਨਸ਼ਾ ਚੱਲ ਰਿਹਾ ਜਾਂ ਕੋਈ ਕ੍ਰਾਈਮ ਕਰ ਰਹੇ ਆ, ਕ੍ਰਿਮੀਨਲ ਬੰਦੇ ਜਿਹੜੇ ਇਸ ਟਾਈਮ ਆਪਣੀ ਹੋਂਦ ਦੇ ਵਿੱਚ ਆ ਰਹੇ ਆ, SP ਸਾਹਿਬ ਨੂੰ ਬੇਨਤੀ ਕੀਤੀ ਕਿ ਫਗਵਾੜੇ ਦਾ ਮਾਹੌਲ ਜਿਹੜਾ ਉਹ ਸ਼ਾਂਤ ਕਰਨ ਲਈ ਜ਼ਰਾ ਇਸ ਨੂੰ ਪੂਰਾ ਨੱਥ ਪਾਈ ਜਾਵੇ। ਔਰ ਮੈਂ ਫਿਰ ਦੁਬਾਰਾ SP ਸਾਹਿਬ ਦਾ ਪੂਰੇ ਹੀ ਯੁਵਾ ਵਿਕਾਸ ਮੋਰਚੇ ਵੱਲੋਂ ਵੈਲਕਮ ਕਰਦਾ। ਜੈ ਭੀਮ, ਜੈ ਭਾਰਤ।